ਸਤਵੰਤ ਮਾਨ ਜੀ ਅਤੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਜੋ ਤੁਹਾਡੇ ਨਾਲ ਹੋਈ ਹੈ, ਕਿਸੇ ਨਾਲ ਨਹੀਂ ਹੋਈ। ਬਿੱਲੀ ਅਤੇ ਕਬੂਤਰ ਵਾਲਾ ਖੇਡ ਤੁਹਾਡਾ ਖਤਮ ਹੋ ਗਿਆ, ਹੁਣ ਅੱਖਾਂ ਖੋਲੋ। ਤੁਸੀਂ ਜੇ ਭੱਜ ਸਕਦੇ ਜੇ ਤਾਂ ਭੱਜ, ਹੁਣ ਪੰਥ ਨੇ ਤੁਹਾਨੂੰ ਭੱਜਣ ਨਹੀਂ ਦੇਣਾ। ਇਹ ਤੁਹਾਨੂੰ ਭੱਜਣਾ ਵੀ ਨਹੀਂ ਚਾਹੀਦਾ। ਜਿਹੜੀ ਦਿੱਲੀ ਵਾਲੇ ਲਾਲੇ ਕੇਜਰੀਵਾਲ ਦੇ ਇਸ਼ਾਰੇ 'ਤੇ ਜਿਹੜੀ ਤੁਸਾਂ ਗੰਦੀ ਰਾਜਨੀਤੀ ਕੀਤੀ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਹੈ, ਇਸ ਤਰ੍ਹਾਂ ਦਾ ਮਸ਼ਰਫ ਤੁਸੀਂ ਕਰਦੇ ਜੀ। ਸਿੱਖ ਕੌਮ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਕੇ ਤਾਂ ਫਿਰ ਤੁਸੀਂ ਮਸ਼ਕਰਾਪਣ ਕਰਦੇ ਜੀ। ਮਤਾ ਪਾਸ ਕਰਕੇ, ਭਾਵੇਂ ਕਿ ਤੁਸੀਂ ਪਹਿਲਾਂ ਵੀ ਸਿੰਘ ਨਾਲ ਨਹੀਂ ਲਾਉਂਦੇ, ਪਰ ਇੱਕ ਮਤਾ ਪਾਸ ਕਰਕੇ ਕਹਿ ਦਿੱਤਾ ਕਿ ਭਗਵੰਤ ਮਾਨ ਦੇ ਨਾਲ ਸਿੰਘ ਸ਼ਬਦ ਦੀ ਵਰਤੋਂ ਕੀਤੀ ਜਾਵੇ। ਇਹਦਾ ਮਤਲਬ ਹੈ ਕਿ ਤੁਹਾਨੂੰ ਸਿੱਖ ਮੰਨਣ ਤੋਂ ਇਨਕਾਰੀ ਕਰਨਾ। ਲਓ ਪੰਗਾ, ਆਓ ਹੁਣ ਨਤੀਜੇ ਮੈਦਾਨ 'ਚ, ਪਤਾ ਲੱਗ ਜੂ ਕਿ ਕੀ ਭਾਵ ਵੇਚਦੀ ਹੈ। ਕੋਈ ਜੰਤਰ ਮੰਤਰ ਤੋਂ ਨਿਕਲੀ ਹੋਈ ਪਾਰਟੀ ਨਹੀਂ ਕਿ ਪੰਥ ਸਿੰਘਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਬਾਅਦ ਵੀ ਪੰਜਾਬ ਸਰਕਾਰ ਅਤੇ ਕਮੇਟੀ ਦੇ ਦਰਮਿਆਨ ਸ਼ਬਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਨੇ ਇੱਕ ਵਾਰ ਫਿਰ ਮਾਮਲੇ ਨੂੰ ਪਖਾ ਦਿੱਤਾ ਹੈ। ਉਹਨਾਂ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਦਾ ਬੁਲਾਰਾ ਕਿਹਾ ਹੈ। ਭਗਵੰਤ ਮਾਨ ਲਿਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਸ਼੍ਰੀ ਹਰਜਿੰਦਰ ਸਿੰਘ ਧਾਮੀ ਜੀ ਅੱਜ ਦੇ ਇਸ ਇਜਲਾਸ ਵਿੱਚ ਪਵਿੱਤਰ ਗੁਰਬਾਣੀ ਦੇ ਸਭ ਨੂੰ ਮੁਫ਼ਤ ਪ੍ਰਸਾਰਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਇਆ ਜਾਂ ਫਿਰ ਮੈਨੂੰ ਗਾਲਾਂ ਕੱਢਣ ਦਾ ਮਤਾ ਪਾਸ ਕਰਕੇ ਇਜਲਾਸ ਖਤਮ। ਧਾਮੀ ਸਾਹਿਬ, ਲੋਕ ਸਭ ਦੇਖ ਰਹੇ ਨੇ, ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਇਸ ਮਾਮਲੇ 'ਤੇ ਹਰਜਿੰਦਰ ਸਿੰਘ ਧਾਮੀ ਨੇ ਵੀ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ ਕਿ ਭਗਵੰਤ ਮਾਨ ਜੀ, ਤੁਹਾਡੇ ਤੋਂ ਇਹੀ ਉਮੀਦ ਸੀ। ਕੀ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਬਿੱਲੀ ਕਹਿਣਾ ਸੋਭਨੀਕ ਹੈ? ਮੁੱਖ ਬੁਲਾਰਾ ਤੁਹਾਡੇ ਵੱਲੋਂ ਲੋਕਾਂ ਨੂੰ ਕੀਤੇ ਇਸ ਤੰਜ ਦੀ ਮੁਆਫ਼ੀ ਮੰਗਦਾ ਹੈ ਅਤੇ ਬਾਕੀ ਸੰਗਤ ਵਿਚਾਰ ਲਵੇ। ਇੱਥੇ ਹੀ ਬਸ ਨਹੀਂ, ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਬਲਟੂਆ ਨੇ ਵੀ ਭਗਵੰਤ ਮਾਨ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਹ ਲਿਖਦੇ ਨੇ ਕਿ ਤੇਰਾ ਬਿੱਲੀ ਕਬੂਤਰ ਵਾਲਾ ਡਰਾਮਾ ਅੱਜ ਖਤਮ ਹੋ ਗਿਆ, ਅੱਜ ਤੂੰ ਸਿੰਘਾਂ ਨੂੰ ਦਹਾੜ ਦੇ ਸੁਣਿਆ ਹੈ, ਹੁਣ ਖੋਲ੍ਹ ਸਕਣਾ ਹੈ ਤਾਂ ਤੂੰ ਆਪਣੀਆਂ ਅੱਖਾਂ ਖੋਲ੍ਹ ਅਤੇ ਭੱਜ ਸਕਣਾ ਹੈ ਤਾਂ ਭੱਜ ਲੈ, ਵਰਨਾ ਮਸਖਰਾ ਪੁਣਾ ਤਾਂ ਮੱਸਾ ਰੰਗੜ ਵੀ ਬਥੇਰਾ ਕਰਦਾ ਸੀ, ਪਰ ਸਿੰਘਾਂ ਨੂੰ ਤੇਰੇ ਵਾਲਾ ਫੋੜਪਣਾ ਨਹੀਂ ਆਉਂਦਾ। ਸਿੰਘਾਂ ਨੂੰ ਜੋ ਆਉਂਦਾ ਹੈ ਉਸ ਬਾਰੇ ਅਕਾਲੀ ਇਤਿਹਾਸ ਭਰਿਆ ਪਿਆ ਅਤੇ ਸਾਰਾ ਜਹਾਨ ਉਸ ਤੋਂ ਵਾਕਿਫ ਹੈ। ਭਗਵੰਤ ਮਾਨ ਜੀ ਅਤੇ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਜੋ ਤੁਹਾਡੇ ਨਾਲ ਹੋਈ ਹੈ, ਕਿਸੇ ਨਾਲ ਨਾ ਹੋਵੇ। ਅਤੇ ਹੁਣ ਬਿੱਲੀ ਅਤੇ ਕਬੂਤਰ ਵਾਲਾ ਖੇਡ ਤੁਹਾਡਾ ਖਤਮ ਹੋ ਗਿਆ, ਹੁਣ ਅੱਖਾਂ ਖੋਲੋ। ਤੁਸੀਂ ਜੇ ਭੱਜ ਸਕਦੇ ਜੇ ਤਾਂ ਭੱਜ ਲਓ, ਹੁਣ ਪੰਥ ਨੇ ਤੁਹਾਨੂੰ ਭੱਜਣ ਨਹੀਂ ਦੇਣਾ। ਇਹ ਤੁਹਾਨੂੰ ਭੱਜਣਾ ਵੀ ਨਹੀਂ ਚਾਹੀਦਾ। ਜਿਹੜੀ ਦਿੱਲੀ ਵਾਲੇ ਲਾਲੇ ਕੇਜਰੀਵਾਲ ਦੇ ਇਸ਼ਾਰੇ 'ਤੇ ਜਿਹੜੀ ਤੁਸਾਂ ਗੰਦੀ ਰਾਜਨੀਤੀ ਕੀਤੀ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਹੈ, ਜਿਸ ਤਰ੍ਹਾਂ ਦਾ ਮਸ਼ਕਰਾ ਤੁਸੀਂ ਕਰਦੇ ਜੇ ਨਾ, ਸਿੱਖ ਕੌਮ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਕੇ ਤਾਂ ਫਿਰ ਤੁਸੀਂ ਮਸ਼ਕਰਾਪਣ ਕਰਦੇ ਜੇ। ਇਹੀ ਆਪ ਉਦਰਾਪਣ ਜਿਹੜਾ ਹੈ ਨਾ, ਮੱਸਾ ਰੰਗੜ ਵੀ ਕਰਦਾ ਸੀ। ਸੋ ਅੱਖਾਂ ਖੋਲੋ ਅਤੇ ਹੁਣ ਸੋਚੋ, ਵਿਚਾਰੋ। ਹੁਣ ਟਵੀਟ ਕਰਨ ਵਾਲੀ ਗੱਲ ਨਹੀਂ ਰਹਿ ਗਈ, ਸ਼ਰਮ ਕਰੋ ਜੇ ਹੈਗੀ ਤੁਹਾਡੇ ਕੋਲ ਤਾਂ ਸ਼ਰਮ ਕਰੋ। ਅੱਜ ਸਿੱਖਾਂ ਦੀ ਸਰਮੌਰ ਸੰਸਥਾ ਨੇ, ਜਿਹੜੇ ਸਿੱਖ ਜਗਤ ਦੀ ਪ੍ਰਤੀਨਿਧਤਾ ਕਰਦੇ ਨੇ, ਸਮੁੱਚੇ ਮੈਂਬਰਾਂ ਨੇ, ਚਾਹੇ ਕਿਸੇ ਵੀ ਗਰੁੱਪ ਨਾਲ ਕਿਸੇ ਵੀ ਤੁਹਾਡੇ ਨਾਲ ਸੰਬੰਧ ਰੱਖਦੇ ਸੀ, ਅੱਜ ਤੁਹਾਨੂੰ ਸਿੱਖ ਮੰਨਣ ਤੋਂ ਇਨਕਾਰੀ ਹੋ ਗਏ। ਮਤਾ ਪਾਸ ਕਰਕੇ, ਭਾਵੇਂ ਕਿ ਤੁਸੀਂ ਪਹਿਲਾਂ ਵੀ ਸਿੰਘ ਨਾਲ ਨਹੀਂ ਲਾਉਂਦੇ, ਪਰ ਇੱਕ ਮਤਾ ਪਾਸ ਕਰਕੇ ਕਹਿ ਦਿੱਤਾ ਕਿ ਭਗਵੰਤ ਮਾਨ ਦੇ ਨਾਲ ਸਿੰਘ ਸ਼ਬਦ ਦੀ ਵਰਤੋਂ ਕੀਤੀ ਜਾਵੇ। ਇਹਦਾ ਮਤਲਬ ਹੈ ਕਿ ਤੁਹਾਨੂੰ ਸਿੱਖ ਮੰਨਣ ਤੋਂ ਇਨਕਾਰੀ ਕਰਦਾ। ਹੁਣ ਤਾਂ ਲਓ ਪੰਗਾ, ਆਓ ਹੁਣ ਨਤੀਜੇ ਮੈਦਾਨ 'ਚ, ਪਤਾ ਲੱਗ ਜੂ ਕਿ ਕੀ ਭਾਵ ਵੇਚਦੀ ਹੈ। ਇਹ ਕੋਈ ਜੰਤਰ ਮੰਤਰ ਤੋਂ ਨਿਕਲੀ ਹੋਈ ਪਾਰਟੀ ਨਹੀਂ ਕਿ ਪੰਥ ਸਿੰਘਾਂ, ਇਹ ਸ਼ਹੀਦੀਆਂ 'ਚੋਂ ਪੈਦਾ ਹੋਇਆ ਹੈ। ਹਾਂਜੀ, ਅਤੇ ਫਿਰ ਪੰਥ ਦੇ ਫੈਸਲੇ ਪੰਥਕ ਰਵਾਇਤਾਂ ਦੇ ਮੁਤਾਬਕ ਹੁੰਦੇ ਨੇ, ਅਤੇ ਅੱਜ ਹੁਣ ਮੈਦਾਨ 'ਚ
लग भी पता कि इहदी पूरी पैंदी है। दस दिए कि पंजाब सरकार वालों विधानसभा के खास इजलास के दौरान गुरद्वारा एक्ट के सपोध की गई है। फिलहाल यह बिल पास हो चुका है तो राजपाल साहब को मंजूरी नहीं भेजा गया है। हुण देखना होगा कि राजपाल साहब इस बिल के उत्ते की फैसला लेंदे ने। ब्यूरो रिपोर्ट D5 चैनल पंजाबी। D5 चैनल पंजाबी ते होवेगी पख दे मुद्दयां दी गल। सियासी पार्टियां नू करांगे सवाल ताकि लोक मसले होण हल। 5 जून तो लैके आ रहे हां तुहाडे भरोसे दे साथी D5 चैनल पंजाबी ते पंजाब डिबेट। सोमवार तो शुक्रवार तक शामी 6 बजे तो 7 बजे तक वेखना ना भुलना पंजाब डिबेट। निडर हां, निरपक्ष रहा, आजाद हां, सच कहां, गल करांगे सियासी हवा दी, होणगे हुकमरानां नूं सिद्धे सवाल। सब तो पहला पहुंचावांगे तुहाडे तक सिर्फ सच्ची खबर। दसांगे कौन कर रहा है थोड़े ते सफर। विदेशां च बैठे पंजाबियां दे हक दी करांगे गल। कैनेडा दी हर सियासी खबर लेके आवांगे तुहाडे वल। उभरांगे पंजाब दी आवाज बन के। होणगे हर पहलू ते रोज चर्चे। खुल्लांगे अंदरूनी राज। बणांगे बुलंद आवाज। खेड, सिक्ख्या, सेहत, खेती दी बात पावांगे। हर पिंड, हर शहर जावांगे। मनोरंजन नाल जुड़े कलाकारां नाल करवावांगे मुलाकात। संघर्षां वाली जिंदगी ते मारांगे चाल। की ने साडे कानून, फर्ज ते अधिकार। की करदी है साडी सरकार। की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।